ਅਸੀਂ ਥੱਲੇ ਲਾਈ ਦੇ ਪੈ ਰਹੇ ਇੱਕ ਫੇਮ ਜੀ ਦੋਸਤੋ, ਫਾਊਂਡੇਸ਼ਨ ਦਾ ਜਿਹੜਾ ਕੰਮ ਹੈ ਬੁਨਿਆਦ ਦਾ ਚੱਲ ਰਿਹਾ ਅਤੇ ਇਹਦੇ ਵਿੱਚ ਸਭ ਤੋਂ ਥੱਲੇ ਹੈ ਨੇ ਦੋ ਵਾਰ, ਯਾਨੀ ਕਿ 6 ਇੰਚ ਜਿਹੜੀ ਹੈ 27 ਦੀ, 27 ਇੰਚ ਦੀ, 27 ਇੰਚ ਚੌੜੀ ਅਤੇ 6 ਇੰਚ ਉੱਚੀ। ਅਗਰ ਦੋ ਵਾਰ ਲੱਗਣਗੇ ਤਾਂ 6 ਇੰਚ ਬਣੇਗੀ। ਇਹ ਫਾਊਂਡੇਸ਼ਨ ਦਾ ਸਾਈਜ਼ ਹੈ। ਇਸੇ ਤਰ੍ਹਾਂ ਇਹ ਨੀਚੇ ਜਿਹੜਾ ਹੈ 18 ਦੇ ਨੇ, 18 ਤੋਂ ਬਾਅਦ 13.5 ਦੀ ਹੈ, 13.5 ਦੀ ਚਿਣਾਈ ਹੈ ਸਾਰੀ ਇਸ ਤਰਫ। ਇਹਦੇ ਵਿੱਚ ਉਹ ਬੈਕ ਸਾਈਡ 'ਤੇ ਕਮਰਾ ਹੈ, ਇੱਕ ਹੈ ਕਮਰਾ ਹੈ, ਅਤੇ 18 ਤੋਂ ਉੱਪਰ ਫਿਰ 13 ਦੀ, ਇਹ 13 ਦੀ ਚਿਣਾਈ। ਇਹ ਦੋ ਵਾਰ ਥੱਲੇ ਦੋ ਵਾਰ ਜਿਹੜੇ ਨੇ 27 ਦੇ ਨੇ, ਉਸ ਤੋਂ ਬਾਅਦ 18 ਦੇ ਨੇ, 18 ਤੋਂ ਬਾਅਦ 4 ਵਾਰ ਜਿਹੜੇ ਨੇ ਇਹ 13 ਦੇ ਨੇ। ਇਸ ਤਰ੍ਹਾਂ ਇਹ ਸਾਰਾ ਫਾਊਂਡੇਸ਼ਨ ਮੁਕੰਮਲ ਹੋ ਜਾਏਗੀ। ਉਸ ਤੋਂ ਬਾਅਦ ਇਹਦੀ ਫਿਲਿੰਗ ਹੋਏਗੀ। ਅੱਛਾ, ਇਹਦੇ ਵਿੱਚ ਪਲੈਨ ਦੇ ਵਿੱਚ ਹੈ, ਪਲੈਨ ਤੁਹਾਨੂੰ ਵਿਜ਼ਿਟ ਕਰਾਉਂਦੇ ਹਾਂ। ਉਹ ਸਾਹਮਣੇ ਗੇਟ, ਯਾਨੀ ਕਿ ਗਰਾਜ, ਗਰਾਜ ਦੇ ਉਰਲੀ ਸਾਈਡ 'ਤੇ ਬੈਡਰੂਮ, ਬੈਡਰੂਮ ਦੇ ਇੱਥੇ ਵੀ ਬੈਡਰੂਮ, ਯਾਨੀ ਕਿ ਦੋ ਬੈਡਰੂਮ ਇਸ ਸਾਈਡ 'ਤੇ ਨੇ। ਇਸ ਦੇ ਨਾਲ ਇੱਥੇ ਕਿਚਨ ਹੈ, ਇੱਥੋਂ ਲੈ ਕੇ ਇੱਥੋਂ ਤੱਕ। ਉਸ ਤੋਂ ਬਾਅਦ ਇਸ ਜਗ੍ਹਾ ਤੋਂ ਇਸ ਜਗ੍ਹਾ ਤੱਕ ਫਿਰ ਕਿਚਨ ਹੈ, ਕਿਚਨ ਦੇ ਨਾਲ ਅੱਗੇ ਫਿਰ ਬੈਡਰੂਮ ਹੈ, ਕਾਰਨਰ 'ਤੇ ਫਿਰ ਅੱਗੇ ਬੈਡਰੂਮ ਹੈ, ਅਤੇ ਉਸ ਦੇ ਨਾਲ ਅੱਗੇ ਫਿਰ ਗਰਾਜ ਕਾਰਨਰ 'ਤੇ। ਇਹ ਜਿਹੜਾ ਸੈਂਟਰ ਏਰੀਆ, ਸੈਂਟਰ ਦੇ ਵਿੱਚ ਦੋ ਡਰਾਇੰਗ ਰੂਮ ਹੈ, ਡਰਾਇੰਗ ਰੂਮ ਦੇ ਦੋਨੋਂ ਸਾਈਡ 'ਤੇ, ਗਰਾਜ ਵਾਲੀ ਸਾਈਡ 'ਤੇ ਇੱਧਰ ਵੀ ਅਤੇ ਇੱਧਰ ਵੀ ਬਾਥਰੂਮ ਨੇ, ਅਤੇ ਨਾਲ ਹੀ ਮੇਨ ਡੋਰ ਇਸ ਸਾਈਡ 'ਤੇ ਅਤੇ ਇਸ ਸਾਈਡ 'ਤੇ। ਇਹ ਪਲੈਨ ਉੱਪਰ ਸ਼ੋ ਹੋ ਰਿਹਾ, ਇਸ ਦਾ ਨਕਸ਼ਾ ਜਿਹੜਾ ਇੱਥੇ ਕਰਕੇ ਵਰਾਂਡਾ, ਵਰਾਂਡੇ ਦੇ ਅੱਗੇ ਛੋਟਾ ਜਿਹਾ ਸੇਨ ਹੈ, ਓਪਨ ਓਪਨ ਯਾਰਡ ਹੋਏਗਾ। ਅਗਰ ਉਸਨੂੰ ਕਵਰ ਕਰਨਾ ਹੋਵੇ ਇਨ ਫਿਊਚਰ ਤਾਂ ਉਹ ਕਵਰ ਵੀ ਹੋ ਸਕਦਾ। ਇਹ ਹੈ ਬੁਨਿਆਦ।